ਤੁਸੀਂ ਕਿਸੇ ਨੂੰ ਆਪਣਾ ਰੋਲ ਮਾਡਲ ਬਣਾਉਣਾ ਮੈਂ ਨਹੀਂ ਕਹਿੰਦਾ ਤੁਸੀਂ ਸਿੱਖੀ ਜਾਓ ਤੁਸੀਂ ਸਿੱਖ ਬਣੋ ਤੁਸੀਂ ਪਰ ਜੇ ਤੁਸੀਂ ਕਿਸੇ ਨੂੰ ਆਪਣਾ ਰੋਲ ਮਾਡਲ ਬਣਾਉਣਾ ਤੇ ਮੈਨੂੰ ਨਹੀਂ ਲੱਗਦਾ ਉਹਨਾਂ ਤੋਂ ਵਧੀਆ ਕੋਈ ਰੋਲ ਮਾਡਲ ਹੋ ਸਕਦਾ ਉਸ ਜਗ੍ਹਾ ਸੀ ਜਿੱਥੇ ਅਸੀਂ ਜਾਂਦੇ ਸਾਂ ਰਾਤ ਨੂੰ ਕਿਸੇ ਨੂੰ ਪਤਾ ਲੱਗੇ ਅਸੀਂ ਜਾ ਕੇ ਕੋਈ ਹੋ ਗਏ ਹੁੰਦੇ ਸਾਂ ਸਾਡੀ ਟੀਮ ਜਾਂਦੀ ਸੀ ਅਸੀਂ ਜਾ ਕੇ ਉੱਥੇ ਕੋਈ ਉਹ ਦਰਦ ਮਹਿਸੂਸ ਕਰਦੇ ਸਾਂ ਕਿ ਸਾਨੂੰ ਯਾਦ ਰਵੇ ਕਿ ਅਸੀਂ ਕਿੰਨਾ ਦੇ ਬਾਅਦ ਸਾਂ ਕਿੱਥੋਂ ਅਸੀਂ ਬਿਲੋਂਗ ਕਰਦੇ ਹਾਂ ਅਸੀਂ ਕਿੱਦਾਂ ਆਪਣੇ ਆਪ ਨੂੰ ਜਾਤ ਪਾਤ ਵਿੱਚ ਵੰਡ ਲੈਂਦੇ ਹਾਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਜਾਤ ਪਾਤ ਤੋਂ ਕੱਢਿਆ ਅਸੀਂ ਫਿਰ ਗੁਰਦੁਆਰੇ ਪਿੰਡਾਂ ਵਿੱਚ ਸੱਤ ਸੱਤ ਅੱਠ ਅੱਠ ਗੁਰਦੁਆਰੇ ਚਾਰ ਚਾਰ ਪੰਜ ਪੰਜ ਗੁਰਦੁਆਰੇ ਜਾਤ ਪਾਤ ਤੋਂ ਨਿਕਲੋ ਇੱਕ ਦੂਜੇ ਨੂੰ ਪਿਆਰ ਕਰੋ ਫਿਰ ਹੀ ਜੇ ਤੁਹਾਡਾ ਏਕਾ ਕਾਇਮ ਹੋ ਸਕਦਾ ਔਰ ਖਲੋਤੇ ਵੀ ਐਸੇ ਕਹਿੰਦੇ ਨਹੀਂ ਕਿ ਨਹੀਂ ਹਿੰਦੂ ਵੀ ਸਾਡੇ ਮੁਸਲਮਾਨ ਵੀ ਸਾਡੇ ਕਹਿੰਦੇ ਕੋਈ ਜਾਤਾਂ ਪਾਤਾਂ ਦੀ ਗੱਲ ਨਾ ਕਰੋ ਅਸੀਂ ਸਾਰੇ ਇੱਕੋ ਹੀ ਆ ਬਾਬੇ ਨਾਨਕ ਦਾ ਮੈਸੇਜ ਲੈ ਕੇ ਬੁਲਾਉਂਦੇ ਆ ਉਹ ਡਰ ਗਏ ਆ ਉਹ ਐਕਚੁਅਲ ਵਿੱਚ ਡਰ ਗਏ ਪਰ ਉਹ ਫਿਰ ਤੁਹਾਡੇ ਗੁਰਦੁਆਰੇ ਵਿੱਚ ਬਣਦੇ ਤੁਸੀਂ ਇਹ ਸੋਚਿਓ ਜਿਹੜੀ ਗੱਲ ਪ੍ਰੈਸ਼ਰ ਗਰੁੱਪ ਦੀ ਗੱਲ ਕਰੇ ਕਿਉਂਕਿ ਰਾਜੇਵਾਲ ਜਥੇਬੰਦੀ ਇੱਥੇ ਪ੍ਰੈਜੈਂਟ ਆ ਬਹੁਤ ਬਹੁਤ ਮੈਂ ਉਹਨਾਂ ਨੂੰ ਧੰਨਵਾਦ ਕਰਦਾ ਬਹੁਤ ਜ਼ਿਆਦਾ ਯੋਗਦਾਨ ਹੈ ਰਾਜੇਵਾਲ ਸਾਹਿਬ ਦਾ ਇਸ ਅੰਦੋਲਨ ਦੇ ਵਿੱਚ ਜੇ ਕਿਸੇ ਨੇ ਇੱਕ ਸਮੈਂਟ ਦੀ ਤਰ੍ਹਾਂ ਕੰਮ ਕੀਤਾ ਰਾਜੇਵਾਲ ਸਾਹਿਬ ਨੇ ਕੀਤਾ ਬਹੁਤ ਵਧੀਆ ਉਹਨਾਂ ਦਾ ਕਰਨਾ ਉਹਨਾਂ ਦੀ ਜਿਹੜੀ ਜਥੇਬੰਦੀ ਨੂੰ ਸਲਾਮ ਕਰਦਾ ਤੁਸੀਂ ਆਪਣੇ ਆਪ ਨੂੰ ਭੁੱਲੋਗੇ ਬਹੁਤ ਵੱਡੀ ਗੱਲ ਹੈ ਜੇ ਤੁਸੀਂ ਸੋਚਣ ਦੀ ਕੋਸ਼ਿਸ਼ ਕਰੋ ਮੈਂ ਕਹਿ ਕੀ ਆ ਇਨਕਲਾਬ ਜੇ ਕਰਨਾ ਤੇ ਤੁਹਾਨੂੰ ਆਪਣੇ ਆਪ ਨੂੰ ਭੁਲਾਉਣਾ ਪਊਗਾ ਆਪਣੇ ਪਰਿਵਾਰ ਨੂੰ ਭੁਲਾਉਣਾ ਪਊਗਾ ਸਭ ਕੁਝ ਭੁੱਲ ਕੇ ਤੁਹਾਡੇ ਵਿੱਚ ਇੰਨਾ ਪਿਆਰ ਹੋਣਾ ਚਾਹੀਦਾ ਤੁਹਾਡੇ ਲੋਕਾਂ ਦੇ ਲਈ ਹਰ ਇੱਕ ਦੇ ਲਈ ਕਿ ਤੁਸੀਂ ਆਪਣਾ ਸਭ ਕੁਝ ਭੁੱਲ ਸਕਦੇ ਹੋ ਉਹੀ ਬੰਦੇ ਆ ਜਿਹੜੇ ਇਨਕਲਾਬ ਕਰ ਸਕਦੇ ਇਨਕਲਾਬ ਦੀ ਡੈਫੀਨੇਸ਼ਨ ਹੈ ਇਨਕਲਾਬ ਜੇ ਕਰਨਾ ਜੇ ਤੁਸੀਂ ਟਰੂਲੀ ਇੱਕ ਰੈਵੋਲੂਸ਼ਨ ਕਰਨਾ ਤੇ ਤੁਹਾਨੂੰ ਆਪਣੀ ਮੈਂ ਕੱਢਣੀ ਪਊਗੀ ਮੈਂ ਆਹ ਸੋਚਦਾ ਹਾਂ ਮੈਂ ਹਾਰ ਜਾਵਾਂ ਮੈਂ ਆਹ ਕਰਦਾ ਮੈਂ ਆਹ ਦਾ ਮੈਂ ਆਪਣੀ ਮੈਂ ਕੱਢ ਦਿਓ ਲੋਕਾਂ ਦਾ ਸੋਚਣ ਲੱਗ ਪਓ ਆਪਣੀਆਂ ਛੋਟੀਆਂ ਹਾਰਾਂ ਜਿੱਦਾਂ ਪਿੱਛੇ ਰੱਖ ਫਿਰ ਹੀ ਆ ਤੁਸੀਂ ਵੱਡਾ ਇਨਕਲਾਬ ਕਰ ਸਕਦੇ ਔਰ ਸੋਰੀ ਮੈਨੂੰ ਇਹ ਵੀ ਕਹਿਣਾ ਪੈਣਾ ਕਿ ਮੇਰੇ ਤੁਹਾਨੂੰ ਆਪਣੇ ਪਰਿਵਾਰ ਨੂੰ ਵੀ ਪਿੱਛੇ ਕਿਉਂਕਿ ਇਹ ਜਿਹੜੀ ਸਿੱਖਿਆ ਵਾ ਇਹ ਸਾਨੂੰ ਸਿੱਖਿਆ ਕਿੱਥੋਂ ਆਉਂਦੀ ਹੈ ਗੁਰੂ ਨਾਨਕ ਸਾਹਿਬ ਤੋਂ ਆਉਂਦੀ ਹੈ ਸਿੱਖਾਂ ਨੂੰ ਸਿੱਖੀ ਤੋਂ ਆਉਂਦੀ ਆ ਗੁਰੂ ਗੋਬਿੰਦ ਸਿੰਘ ਜੀ ਤੋਂ ਸਾਡੇ ਛੋਟੇ ਸਾਹਿਬਜ਼ਾਦੇ ਤੋਂ ਉਤੋਂ ਵੱਡਾ ਇਨਕਲਾਬ ਮੈਨੂੰ ਨਹੀਂ ਲੱਗਦਾ ਦੁਨੀਆਂ 'ਚ ਕਦੇ ਹੋਇਆ ਜਿਹਨਾਂ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਤੁਹਾਡੇ ਲਈ ਸਭ ਕੁਝ ਵਾਰਤਾ ਜੇ ਤੁਸੀਂ ਕਿਸੇ ਨੂੰ ਆਪਣਾ ਰੋਲ ਮਾਡਲ ਬਣਾਉਣਾ ਮੈਂ ਨਹੀਂ ਕਹਿੰਦਾ ਤੁਸੀਂ ਸਿੱਖੀ ਜਾਓ ਤੁਸੀਂ ਸਿੱਖ ਬਣੋ ਤੁਸੀਂ ਪਰ ਜੇ ਤੁਸੀਂ ਕਿਸੇ ਨੂੰ ਆਪਣਾ ਰੋਲ ਮਾਡਲ ਬਣਾਉਣਾ ਤੇ ਮੈਨੂੰ ਨਹੀਂ ਲੱਗਦਾ ਉਹਨਾਂ ਤੋਂ ਵਧੀਆ ਕੋਈ ਰੋਲ ਮਾਡਲ ਹੋ ਸਕਦਾ ਮੈਨੂੰ ਹਜੇ ਵੀ ਯਾਦ ਆ ਮੈਂ ਇਹ ਗੱਲ ਕਿਉਂ ਕਰ ਰਿਹਾ ਕਿਉਂਕਿ ਅਸੀਂ ਬਾਰਡਰਾਂ ਤੇ ਸਾਡੇ ਰੋਡ ਤੇ ਕਾਫੀ ਠੰਡ ਹੋ ਜਾਂਦੀ ਸੀ ਇਹੋ ਟਾਈਮ ਸੀ ਔਰ ਮੈਂ ਬਜ਼ੁਰਗਾਂ ਨੂੰ ਵੇਖਣਾ ਬਾਹਰ ਕੰਬਦੇ ਵੇਖਣਾ ਔਰ ਮੈਂ ਵਰਡ ਜੇ ਯੂਜ਼ ਕਰਾਂ ਤਰਸ ਦਾ ਵੀ ਮੈਂ ਵਰਡ ਯੂਜ਼ ਕਰ ਸਕਦਾ ਤਰਸ ਦੇ ਵੇਖਣਾ ਆਪ ਨੂੰ ਵੀ ਠੰਡ ਲੱਗ ਗਈ ਸੀ ਪਰ ਚਲੋ ਅਸੀਂ ਸਾਡੇ ਕੋਲ ਜੈਕਟਾਂ ਹੁੰਦੀਆਂ ਵਾ ਫਿਰ ਵੀ ਗੁਜ਼ਾਰਾ ਹੋ ਜਾਂਦਾ ਪਰ ਉੱਥੇ ਐਸੇ ਲੋਕ ਵੀ ਸੀ ਜਿਨ੍ਹਾਂ ਕੋਲ ਜੈਕਟਾਂ ਨਹੀਂ ਸੀ ਜਿਨ੍ਹਾਂ ਪਰ ਆਪ ਨੂੰ ਸੌਣ ਦੇ ਕਮਰੇ ਨਹੀਂ ਸੀ ਆਪਣਿਆਂ ਦੀ ਗੱਲ ਕਰ ਰਿਹਾ ਆਪਣੇ ਹੀ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਉੱਥੇ ਸੰਘਰਸ਼ ਕਰ ਗਏ ਸੀ ਤੇ ਮੈਨੂੰ ਸਭ ਤੋਂ ਜ਼ਿਆਦਾ ਉਦੋਂ ਪਾਵਰ ਜੇ ਆਉਂਦੀ ਸੀ ਉਹ ਮੈਨੂੰ ਆਪਣੇ ਛੋਟੇ ਸਾਹਿਬਜ਼ਾਦੇ ਤੋਂ ਆਉਂਦੀ ਸੀ ਯਾਰ ਉਹ ਧੰਨ ਹੋਣਗੇ ਉਦੋਂ ਇਹ ਜੇ ਸੰਘਰਸ਼ ਨੇ ਮੇਰੇ ਲਈ ਕੁਛ ਕੀਤਾ ਤੇ ਮੈਨੂੰ ਆਪਣੇ ਸਾਹਿਬਜ਼ਾਦੇ ਦੇ ਕੋਲ ਕੀਤਾ ਉਹਨਾਂ ਦਾ ਜਿਹੜਾ ਦਰਦ ਉਹ ਅਹਿਸਾਸ ਮੈਂ ਉਹ ਦਰਦ ਮਹਿਸੂਸ ਕਰਵਾਇਆ ਕਿ ਯਾਰ ਕਿੰਨਾ ਕੁਝ ਸਾਡੇ ਕੋਲ ਹੈ ਕਿੰਨਾ ਕੁਝ ਉਹਨਾਂ ਕੋਲ ਸੀ ਔਰ ਉਹਨਾਂ ਨੇ ਸਾਰਾ ਕੁਝ ਵਾਰਤਾ ਸਾਡੇ ਅੱਜ ਸਵੇਰੇ ਤੁਸੀਂ ਵੇਖੋ ਜਿਹੜੀ ਠੰਡ ਦਾ ਮੌਸਮ ਆਪਾਂ ਘਰਾਂ ਵਿੱਚ ਵੀ ਆਪਾਂ ਨੂੰ ਠੰਡ ਲੱਗ ਰਹੀ ਕਿ ਆਪਾਂ ਗੁਰਦੁਆਰਾ ਸਾਹਿਬ ਬੈਠੇ ਹਾਂ ਜੈਕਟਾਂ ਪਾਈਆਂ ਆਪਾਂ ਨੂੰ ਠੰਡ ਲੱਗ ਰਿਹਾ ਉਹ ਠੰਡਾ ਬੁਰਜ ਯਾਦ ਕਰੋ ਜੇ ਤੁਹਾਨੂੰ ਯਾਦ ਨਹੀਂ ਆਉਂਦਾ ਉੱਥੇ ਜਾਓ ਉਸ ਧਰਤੀ ਤੇ ਜਾਓ ਅਸੀਂ ਬਾਰ ਬਾਰ ਉੱਥੇ ਜਾਂਦੇ ਸਾਂ ਅੰਦੋਲਨ ਵਿੱਚ ਜਦੋਂ ਵੀ ਸਾਡੇ ਕੋਲ ਟਾਈਮ ਮਿਲਦਾ ਸੀ ਉਸ ਜਗ੍ਹਾ ਸੀ ਜਿੱਥੇ ਅਸੀਂ ਜਾਂਦੇ ਸਾਂ ਰਾਤ ਨੂੰ ਕਿਸੇ ਨੂੰ ਪਤਾ ਲੱਗੇ ਅਸੀਂ ਜਾ ਕੇ ਕੋਈ ਹੋ ਗਏ ਹੁੰਦੇ ਸਾਂ ਸਾਡੀ ਟੀਮ ਜਾਂਦੀ ਸੀ ਅਸੀਂ ਜਾ ਕੇ ਉੱਥੇ ਕੋਈ ਉਹ ਦਰਦ ਮਹਿਸੂਸ ਕਰਦੇ ਸਾਂ ਕਿ ਸਾਨੂੰ ਯਾਦ ਰਵੇ ਕਿ ਅਸੀਂ ਕਿੰਨਾ ਦੇ ਬਾਅਦ ਸੀ ਕਿੱਥੋਂ ਅਸੀਂ ਬਿਲੋਂਗ ਕਰਦੇ ਹਾਂ ਮੈਂ ਕਿਹਾ ਮੈਂ ਧਰਮਾਂ ਤੋਂ ਵੀ ਤੁਹਾਨੂੰ ਅੱਗੇ ਲੈ ਜਾਂਦਾ ਮੈਂ ਕੁਛ ਲੋਕਾਂ ਦੀ ਕੁਛ ਇਨਸਾਨਾਂ ਦੀ ਤੁਹਾਡੇ ਅੱਗੇ ਆਧਾਰ ਨੂੰ ਰੱਖ ਰਿਹਾ ਕਿਉਂਕਿ ਕਈ ਲੋਕ ਕਹਿੰਦੇ ਆ ਕਿ ਅਸੀਂ ਜਗਾਰਾ ਨਹੀਂ ਲਾਉਣਾ ਕੋਈ ਗੱਲ ਨਹੀਂ ਨਾ ਲਾਉਣਾ ਤੁਹਾਨੂੰ ਜਗਾ ਤੁਹਾਨੂੰ ਜਗਾਰੇ ਨਹੀਂ ਲਿਖਾਉਂਦੇ ਤੁਹਾਨੂੰ ਕੁਛ ਨਹੀਂ ਕਹਿੰਦੇ ਕਰਦੇ ਪਰ ਤੁਹਾਨੂੰ ਇੰਨਾ ਹੀ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰਦੇ ਇਹ ਧਰਤੀ ਕਹਿੰਦੀ ਹੈ ਜੋ ਅਸੀਂ ਅੱਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ 300-400 ਸਾਲ ਪਹਿਲਾਂ ਹੋ ਚੁੱਕਾ ਸਾਡੇ ਤੋਂ ਵੀ ਵੱਡੇ ਇਨਕਲਾਬ ਹੋ ਚੁੱਕੇ ਇਸ ਦੁਨੀਆਂ 'ਚ ਜਿਹੜੇ ਸੋਚਦੇ ਨਾ ਕਿ ਸਾਡਾ ਇਨਕਲਾਬ ਬਹੁਤ ਵੱਡਾ ਨਹੀਂ ਤੁਹਾਡਾ ਇਨਕਲਾਬ ਬਹੁਤ ਚੁੱਕਾ ਸਾਡੇ ਕਿ ਐਸੇ ਪਰਿਵਾਰ ਹੈ ਜਿਨ੍ਹਾਂ ਨੇ ਸਭ ਕੁਝ ਵਾਰ ਦਿੱਤਾ ਸਾਡੀ ਕੌਮ ਲਈ ਸਾਡੇ ਦੇਸ਼ ਲਈ
ਇਸ ਲਈ ਸਾਡੇ ਲਈ ਬਹੁਤ ਸੌਖਾ ਵਾ ਭਾਈ ਸਾਹਿਬ ਦਾਸ ਸਰਜੀਤ ਸਿੰਘ ਤੁਹਾਨੂੰ ਤੁਸੀਂ ਵੀ ਗੱਲ ਦਾ ਤਰੀਕ ਕਰਦੇ ਹੋ ਸਾਡੇ ਲਈ ਤੇ ਬਹੁਤ ਸੌਖਾ ਵਾ ਅਸੀਂ ਤੇ ਬਸ ਪੈਸਾ ਹੀ ਆਪਣਾ ਇੱਧਰ ਉੱਧਰ ਕਰਨਾ ਔਰ ਪੈਸਾ ਐਸੀ ਚੀਜ਼ ਹੈ ਜਿਹੜਾ ਫਿਰ ਵਾਪਸ ਆ ਜਾਂਦਾ ਜੇ ਤੁਹਾਡੇ 'ਚ ਹਿੰਮਤ ਆ ਤੁਹਾਡੇ 'ਚ ਜ਼ੋਰ ਆ ਤੁਹਾਡੇ 'ਚ ਜਜ਼ਬਾ ਵਾ ਪੈਸਾ ਫਿਰ ਵਾਪਸ ਆ ਸਕਦਾ ਔਰ ਉਹ ਚਾਰ ਪੁੱਤ ਨਹੀਂ ਵਾਪਸ ਆ ਸਕਦਾ ਜ਼ਰੂਰ ਘਰ ਜਾ ਕੇ ਕੋਈ ਸੋਚਿਓ ਕਿ ਤੁਸੀਂ ਤੁਹਾਡੀ ਤੁਹਾਡਾ ਇਤਿਹਾਸ ਕੀ ਆ ਜੇ ਤੁਸੀਂ ਉਹ ਇਤਿਹਾਸ ਪੜ੍ਹ ਲਿਆ ਤੁਹਾਡੇ ਲਈ ਸਭ ਕੁਝ ਸੌਖਾ ਹੋ ਜਾਂਦਾ ਜਿਹੜੇ ਮੇਰੇ ਬੱਚੇ ਛੋਟੇ ਵੀਰ ਭੈਣਾਂ ਸਕੂਲਾਂ 'ਚ ਪੜ੍ਹਦੇ ਆ ਤੁਹਾਡੇ ਲਈ ਪੜ੍ਹਨਾ ਸੌਖਾ ਹੋ ਜਾਂਦਾ ਜੇ ਤੁਹਾਨੂੰ ਲੱਗਦਾ ਨਾ ਕਿ ਮੇਰੀ ਇਗਜ਼ਾਮ ਬਹੁਤ ਹਾਰਡ ਆ ਮੈਨੂੰ ਯਾਦ ਹੈ ਜਦੋਂ ਮੈਨੂੰ ਲੱਗਣਾ ਕਿ ਮੇਰਾ ਇਗਜ਼ਾਮ ਬਹੁਤ ਹਾਰਡ ਆ ਮੇਰੀ ਪੜ੍ਹਾਈ ਬੜੀ ਹਾਰਡ ਹੋ ਗਈ ਆ ਤੇ ਮੈਂ ਭਗਤ ਸਿੰਘ ਨੂੰ ਯਾਦ ਕਰਨਾ ਕਰਤਾਰ ਸਾਹਿਬ ਨੂੰ ਯਾਦ ਕਰਨਾ ਯਾਰ ਉਹਨਾਂ ਨੇ ਤਾਂ ਆਪਣਾ ਸਭ ਕੁਝ ਵਾਰਤਾ ਕਿ ਅਸੀਂ ਪੜ੍ਹ ਸਕੀਏ ਤੇ ਅੱਜ ਸਾਡੇ ਲਈ ਪੜ੍ਹਨਾ ਵੀ ਔਖਾ ਵਾ ਫਿਰ ਤੇ ਲਾਂਤ ਹੈ ਸਾਡੇ ਜਵਾਨੀ ਤੇ ਲਾਂਤ ਸੋ ਬਹੁਤ ਗੱਲਾਂ ਭਾਈ ਸਾਹਿਬ ਅੱਗੇ ਤੁਹਾਡੇ ਨਾਲ ਗੱਲ ਕਰ ਗਏ ਆ ਕਿ ਜਿਹੜਾ ਇਨਕਲਾਬ ਅਸੀਂ ਕੀਤਾ ਸੀ ਉਸ ਅੰਦੋਲਨ ਜਿਹੜਾ ਆਹ ਇਨਕਲਾਬ ਹੈ ਇਹ ਇਨਕਲਾਬ ਜਿਹੜਾ ਦਿੱਲੀ 'ਚ ਕੀਤਾ ਸੀ ਕਿਤੇ ਦਿੱਲੀ ਨੇ ਸਾਡਾ 700 ਤੋਂ ਵੱਧ ਸ਼ਹੀਦ ਹੋਏ ਆ ਜੇ ਮੈਂ ਪੈਸੇ ਦੀ ਗੱਲ ਕਰਾਂ ਤਾਂ ਕਰੋੜਾਂ ਹੀ ਰੁਪਏ ਆਪਾਂ ਖਰਚ ਦਿੰਦੇ ਇਨਕਲਾਬ ਉਹ ਇਨਕਲਾਬ ਉੱਥੇ ਨਾ ਰੱਖ ਲਿਓ ਆਪਣੇ ਘਰਾਂ 'ਚ ਮੈਂ ਇਸ ਲਈ ਸੰਯੁਕਤ ਮੋਰਚੇ ਨੇ ਵੀ ਵਾਰ ਵਾਰ ਅਪੀਲਾਂ ਕਰਦਾ ਤੁਹਾਡੇ ਅੱਗੇ ਵੀ ਹੱਥ ਜੋੜਦਾ ਕਿ ਜਿਹੜਾ ਤੁਸੀਂ ਏਕਾ ਉੱਥੇ ਸਾਨੂੰ ਸਿਖਾਇਆ ਸੀ ਸਟੇਜਾਂ ਤੇ ਆਪਾਂ ਗੱਲਾਂ ਕੀਤੀਆਂ ਲੋਕਾਂ ਨੂੰ ਇਕੱਠਿਆ ਕੀਤਾ ਧਰਮਾਂ ਤੋਂ ਕਿ ਵੀ ਧਰਮਾਂ ਨੂੰ ਇਕੱਠੇ ਹੋ ਕੇ ਤੁਰੀਏ ਕੋਈ ਵੀ ਧਰਮ ਇੱਕ ਦੂਜੇ ਨੂੰ ਮਾਰਨ ਦੀ ਗੱਲ ਨਹੀਂ ਕਰਦਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਉਹਦੇ ਵਿੱਚ ਸਾਰੇ ਜਾਤ ਦੇ ਲੋਕਾਂ ਨੇ ਆਪਣਾ ਬਾਣੀ ਲਿਖਾਈ ਹੈ ਅਸੀਂ ਕਿੱਦਾਂ ਆਪਣੇ ਆਪ ਨੂੰ ਜਾਤ ਪਾਤ ਵਿੱਚ ਵੰਡ ਲੈਂਦੇ ਹਾਂ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਜਾਤ ਪਾਤ ਚੋਂ ਕੱਢਿਆ ਅਸੀਂ ਫਿਰ ਗੁਰਦੁਆਰੇ ਪਿੰਡਾਂ ਵਿੱਚ 7-7-8-8 ਗੁਰਦੁਆਰੇ 4-4-5-5 ਗੁਰਦੁਆਰੇ ਜਾਤ ਪਾਤ ਤੋਂ ਨਿਕਲੋ ਇੱਕ ਦੂਜੇ ਨੂੰ ਪਿਆਰ ਕਰੋ ਫਿਰ ਹੀ ਜੇ ਤੁਹਾਡਾ ਏਕਾ ਕਾਇਮ ਹੋ ਸਕਦਾ ਜੇ ਤੁਹਾਡਾ ਏਕਾ ਕਾਇਮ ਹੋ ਗਿਆ ਤੁਹਾਡੇ ਸਕੂਲ ਬਣ ਗਏ ਤੁਹਾਡੇ ਹੋਸਪਿਟਲ ਬਣ ਗਏ ਉਹ ਸਾਰੀਆਂ ਚੀਜ਼ਾਂ ਸਪੋਰਟਸ ਇਨਫਰਾਸਟ੍ਰਕਚਰ ਇਨਵਾਇਰਮੈਂਟ ਇਸ ਵੇਲੇ ਤੁਸੀਂ ਯਕੀਨ ਕਰੋ ਇਹ ਗੱਲਾਂ ਫੈਕਟਸ ਨੇ ਜੇ 2000 ਕੁਇੰਟਲ ਦੁੱਧ ਪ੍ਰੋਡਿਊਸਿੰਗ ਕਪੈਸਿਟੀ ਆ ਪੰਜਾਬ ਦੀ ਤੇ 6000 ਕੁਇੰਟਲ ਰਾਹ ਬਾਹਰ ਵਿਕ ਰਿਹਾ ਮਤਲਬ ਕਿ 4000 ਨਕਲੀ ਹੈ ਜੇ ਉਹ ਨਕਲੀ ਦੁੱਧ ਬੰਦ ਹੋ ਗਿਆ ਤੁਹਾਡੇ ਘਰ ਉਸੇ ਵੇਲੇ ਭਰ ਜਾਣੇ ਆ ਤੁਹਾਡੇ ਦੁੱਧ ਦੀ ਕੀਮਤ ਡਬਲ ਟ੍ਰਿਪਲ ਉਸੇ ਵੇਲੇ ਹੋ ਜਾਣੀ ਉਹ ਜਿਹੜਾ ਨਕਲੀ ਪਨੀਰ ਵਿਕ ਰਿਹਾ ਨਕਲੀ ਦੁੱਧ ਵਿਕ ਰਿਹਾ ਉਸੇ ਵੇਲੇ ਤੁਸੀਂ ਮਾਲੋ ਮਾਲ ਹੋ ਜਾਂਦੇ ਹੋ ਜੇ ਸਰਕਾਰ ਦੀਆਂ ਨੀਤੀਆਂ ਰਾਤੋਂ ਰਾਤ ਬਦਲ ਜਾਣ ਨਾ ਉਹ ਨਕਲੀ ਦੁੱਧ ਹੀ ਮਾਰਕੀਟ ਚੋਂ ਕੱਢ ਦੇਣ ਆਪਣੇ ਪਿੰਡਾਂ ਦੇ ਲੋਕ ਤੇ ਉਸੇ ਵੇਲੇ ਹੀ ਅਮੀਰ ਹੋ ਜਾਣ 3 ਗੁਣਾ ਤੁਹਾਨੂੰ ਪੈਸੇ ਉਸੇ ਵੇਲੇ ਜੇਬ 'ਚ ਆਉਣ ਲੱਗ ਪੈਣ ਮੈਂ ਵਾਰ ਵਾਰ ਇਹ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸਟੇਜਾਂ ਤੁਸੀਂ ਕਹਿਣ ਦੀ ਕੋਸ਼ਿਸ਼ ਕਰਦਾ ਸਾਨੂੰ ਉਹਦੀ ਹਾਲਤ ਰਹਿਣੀ ਚਾਹੀਦਾ ਸਾਨੂੰ ਫ੍ਰੀ ਬਿਜਲੀ ਨਹੀਂ ਚਾਹੀਦੀ ਸਾਨੂੰ ਤੁਹਾਡੇ ਨਾਲ 10 ਲੱਖ ਦਾ ਇੱਕ ਨਵਾਂ ਕੰਮ ਕੱਢ ਲਿਆ 10 ਲੱਖ ਦਾ ਉਹਦੇ ਲੋਨ ਦੇਣਾ ਇੰਟਰਸਟ ਫ੍ਰੀ ਦੇਣਾ ਤੁਹਾਨੂੰ ਬਾਹਰਲੇ ਦੇਸ਼ਾਂ 'ਚ ਭੇਜਣਾ ਤੁਸੀਂ ਉੱਥੇ ਪੜ੍ਹਾਈ ਕਰੋ ਅਤੇ ਜੋਬਾਂ ਕਰੋ ਬਤਾ ਆਪਣੇ ਆਪ ਨੂੰ ਤੋਰਨ ਦਿਆਂ ਕਿ ਕਿੱਦਾਂ ਅਸੀਂ ਬਾਹਰਲੇ ਦੇਸ਼ਾਂ 'ਚ ਭੱਜ ਗਏ ਕਿੱਥੇ ਸਾਡੇ ਲੀਡਰ ਸੀ ਜਿਹੜੇ ਬਾਹਰਲੇ ਦੇਸ਼ ਬਾਬਾ ਸੋਹਣ ਸਿੰਘ ਭਗੜਾ ਵਰਗੇ ਜਿਹੜੇ ਬਾਹਰਲੇ ਦੇਸ਼ ਛੱਡ ਕੇ ਆਏ ਕਰਤਾਰ ਸਿੰਘ ਸਰਾਭੇ ਵਰਗੇ ਜਿਹੜੇ ਬਾਹਰਲੇ ਦੇਸ਼ ਛੱਡ ਕੇ ਕਿ ਅਸੀਂ ਪੰਜਾਬ ਦਾ ਕੁਛ ਕਰਨਾ ਅੱਜ ਦੇ ਲੀਡਰ ਆਉਂਦੇ ਕਿ ਤੁਸੀਂ ਬਾਹਰ ਜਾਓ ਇਸ ਦੇਸ਼ ਦਾ ਕੁਛ ਨਹੀਂ ਹੋ ਸਕਦਾ ਇੱਥੇ ਅਸੀਂ ਨਸ਼ਾ ਵੇਚਣਾ ਵਾ ਸਾਨੂੰ ਇੱਥੇ ਲੋੜ ਆ ਉਹਨਾਂ ਲੋਕਾਂ ਦੀ ਜਿਹੜੇ ਸਾਡਾ ਨਸ਼ਾ ਕਰਨਗੇ ਨਸ਼ਾ ਕਰਕੇ ਸਾਡੀ ਵੋਟ ਪਾਉਣਗੇ ਪੜ੍ਹੇ ਲਿਖੇ ਲੋਕਾਂ ਦੀ ਸਾਡੀ ਲੋੜ ਨਹੀਂ ਤੁਹਾਨੂੰ ਸਗੋਂ ਅਸੀਂ 10 ਲੱਖ ਰੁਪਇਆ ਦੇਵਾਂਗੇ 10 ਲੱਖ ਦੇ ਕੇ ਤੁਹਾਨੂੰ ਬਾਹਰ ਭੇਜਾਂਗੇ ਪਰ ਮੈਂ ਤੁਹਾਨੂੰ ਇਹ ਪੁੱਛਾਂ ਕਿ ਉਹ ਕਿਹੜਾ ਬੈਂਕ ਆ ਇਹ ਕਿਹੜਾ ਐਸਾ ਬੈਂਕ ਹੈ ਜਿਹੜਾ 10 ਲੱਖ ਦਾ ਲੋਨ ਦਊਗਾ ਇੰਟਰਸਟ ਫ੍ਰੀ ਲੋਨ ਦਊਗਾ ਉਹ ਬੈਂਕ ਕਿਉਂ ਨਹੀਂ ਇੱਥੇ ਯੂਨੀਵਰਸਿਟੀਆਂ ਬਣਾਉਂਦੇ ਆਪਾਂ ਕਿ ਉਹ ਗੋਰੇ ਵੀ ਸਾਡੇ ਸਟੇਟ 'ਚ ਆ ਕੇ ਪੜ੍ਹਨ ਅਸੀਂ ਕਿਉਂ ਉਹਨਾਂ ਦੀਆਂ ਸਟੇਟਾਂ 'ਚ ਜਾ ਕੇ ਪੜ੍ਹੀਏ ਅਸੀਂ ਕਿਉਂ ਉਹਨਾਂ ਦੇ ਕੌਫੀ ਸ਼ੋਪਾਂ ਦੇ ਕੰਮ ਕਰੀਏ ਅਸੀਂ ਕਿਉਂ ਉਹਨਾਂ ਦੇ ਟਰੱਕ 'ਚ ਲਈਏ ਜੇ ਸਾਡੇ ਕੋਲ ਇੰਨਾ ਹੀ ਪੈਸਾ ਵਾ ਸਾਡੇ ਬੈਂਕਾਂ 'ਚ ਇੰਨਾ ਹੀ ਪੈਸਾ ਵਾ ਉਹ ਕੰਮ ਇੱਥੇ ਸ਼ੁਰੂ ਕਰੀਏ ਗੋਰੇ ਤੇ ਕੰਮ ਲਾਉਂਦੇ ਫਿਰਦੇ ਆ ਉਹਨਾਂ ਨੂੰ ਪੰਜਾਬ 'ਚ ਕੰਮ ਦਈਏ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਨੇ ਕਦੀ ਇੱਕ ਟਾਈਮ ਤੇ ਦਿੱਤਾ ਸੀ ਇਹ ਕਿੱਧਰ ਸਾਨੂੰ ਪੁੱਠੀ ਪੜ੍ਹਾਈ ਪੜ੍ਹਾਉਂਦੇ ਆ ਸੋ ਮੈਂ ਵਾਰ ਵਾਰ ਉਹ ਗੱਲਾਂ ਸਟੇਜਾਂ ਤੋਂ ਉਹ ਵੀ ਕਰਦਾ ਕਿ ਤੁਸੀਂ ਤਗੜੇ ਹੋ ਜਾਓ ਸਭ ਕੁਝ ਪੰਜਾਬ ਦੇ ਵਿੱਚ ਹੈਗਾ ਇਹ ਜਿਹੜੀਆਂ ਇਹਨਾਂ ਦੀਆਂ ਨੀਤੀਆਂ ਨਾ ਇਹ ਨੀਤੀਆਂ ਮਾੜੀਆਂ ਇਹ ਇੱਕੋ ਹੀ ਦਿਨ ਦੇ ਵਿੱਚ ਪੰਜਾਬ ਬਦਲ ਸਕਦਾ ਜੇ ਇਹਨਾਂ ਦੀ ਜਿਹੜੀ ਕਰਪਸ਼ਨ ਆ ਅਸੀਂ ਕਰਪਸ਼ਨ ਨੂੰ ਮਾਰੀਏ ਆ ਤੁਹਾਨੂੰ ਦੁੱਧ ਦੇ ਅੱਗੇ ਐਗਜ਼ਾਮਪਲ ਦਿੱਤੀ ਹੈ ਮੈਂ ਕੋਈ ਬਾਹਰੋਂ ਨਹੀਂ ਤੁਹਾਡੇ ਅੱਗੇ ਹੀ ਆ ਥਾਂ ਥਾਂ ਤੇ ਤੁਸੀਂ ਇਹ ਚੀਜ਼ ਬਾਰੇ ਪੜ੍ਹ ਸਕਦੇ ਹੋ ਮੇਰੇ ਬ੍ਰਦਰ ਆਪ ਕੋਲ ਬੈਠੇ ਸਾਰਾ ਕੁਝ ਸਪਲਾਈ ਐਂਡ ਡਿਮਾਂਡ ਦੀ ਗੱਲ ਹੁੰਦੀ ਆ ਸਾਰੀਆਂ ਪ੍ਰਾਈਸਾਂ ਜਿਹੜੀਆਂ ਰਿਫਲੈਕਟਡ ਆ ਸਪਲਾਈ ਐਂਡ ਡਿਮਾਂਡ ਤੇ ਡਿਮਾਂਡ ਹੁੰਦੀ ਰਹਿਣੀ ਆ ਸਪਲਾਈ ਜਦੋਂ ਮਾਰਕੀਟ ਚੋਂ ਘੱਟ ਗਈ ਤੁਹਾਡਾ ਦੁੱਧ ਆਪੇ ਚੁਗਣੇ ਰੇਟਾਂ ਦੇ ਵਿੱਚ ਵਿਕਣਾ ਮਾਰਕੀਟ ਸੋ ਥੋੜ੍ਹਾ ਜਿਹਾ ਇਹ ਚੀਜ਼ ਵੱਲ ਧਿਆਨ ਦਿਓ ਆਪਣਾ ਏਕਾ ਕਾਇਮ ਰੱਖੋ ਕਿਉਂਕਿ ਦਰਬਾਰ
ਦਰਬਾਰ ਸਾਹਿਬ ਦੇ ਵਿੱਚ ਜਿਹੜੀ ਹਰਕਤ ਹੋਈ ਆ ਭਾਈ ਸਾਹਿਬ ਨੇ ਵੀ ਉਹਦੇ ਉੱਪਰ ਵੀਡੀਓ ਪਾਈ ਆ ਬਹੁਤ ਜ਼ਰੂਰੀ ਸੀ ਉਹ ਵੀਡੀਓ ਪਾਉਣੀ ਔਰ ਉਹ ਇਹੋ ਹੀ ਆ ਕਿਉਂਕਿ ਉਹਨਾਂ ਨੂੰ ਡਰਾ ਨਹੀਂ ਆ ਬੰਦਿਆਂ ਉਹੀ ਪੁਰਾਣੀਆਂ ਨੀਤੀਆਂ ਬਈ ਇਹਨਾਂ ਨੂੰ ਧਰਮਾਂ ਚ ਡਿਵਾਈਡ ਕਰ ਦਿਓ ਗੋਰਿਆਂ ਤੋਂ ਸਿੱਖਿਆ ਕਰਦਾ ਵਾ ਮਸਜਿਦ ਦੇ ਅੱਗੇ ਇੱਕ ਜਾਨਵਰ ਸੁੱਟ ਦਿਓ ਮੰਦਰ ਦੇ ਅੱਗੇ ਦੂਜਾ ਜਾਨਵਰ ਸੁੱਟ ਦਿਓ ਤਾਂ ਕਿ ਉਸਦੇ ਕਿਸੇ ਹੋਰ ਜਾਨਵਰ ਦਾ ਕੁਛ ਮਾਸ ਦੇ ਨਾਲ ਕਾਰਤੂਸ ਬਣਾ ਲਓ ਇਹਨਾਂ ਦੇ ਵਿੱਚ ਤਾਰ ਪਾਓ ਇਹਨਾਂ ਦੇ ਵਿੱਚ ਲੜਾਈ ਪਾਓ ਵੀ ਜੇ ਇਹਨਾਂ ਵਿੱਚ ਲੜਾਈ ਪਾ ਕੇ ਇਹਨਾਂ ਨੂੰ ਇਹ ਦੱਸਦਾ ਕਿ ਤੁਹਾਡਾ ਧਰਮ ਸੰਕਟ ਵਿੱਚ ਹੈ ਧਰਮ ਜਿਹੜਾ ਤੁਹਾਡਾ ਧਰਮ ਹੈ ਉਹ ਖਤਰੇ 'ਚ ਆ ਸਾਡਾ ਧਰਮ ਖਤਰੇ 'ਚ ਨਹੀਂ ਹੋ ਸਕਦਾ ਅਸੀਂ ਤੇ ਜੰਗਲਾਂ ਦੇ ਵਿੱਚ ਰਹਿ ਕੇ ਵੀ ਸਾਡੇ ਵੱਡੇ ਵਡੇਰਿਆਂ ਦੇ ਧਰਮ ਬਚਾ ਲਿਆ ਪੱਤੇ ਜਿੱਦਾਂ ਭਾਈ ਸਾਹਿਬ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਹੁਤ ਵਧੀਆ ਲੱਗੀਆਂ ਮੈਨੂੰ ਗੱਲਾਂ ਸਾਡਾ ਤੇ ਧਰਮ ਸੰਕਟ 'ਚ ਸਦਾ ਹੀ ਰਿਹਾ ਔਰ ਸੰਕਟ 'ਚੋਂ ਆਪਣੇ ਆਪ ਧਰਮ ਨੂੰ ਕੱਢਣਾ ਹੁੰਦਾ ਤੁਹਾਡੀ ਸਾਨੂੰ ਲੋੜ ਦੀ ਇਹ ਧਰਮ ਸੰਕਟ 'ਚ ਪਾ ਕੇ ਤੁਹਾਨੂੰ ਇੱਕ ਦੂਜੇ ਨਾਲ ਲੜਾਉਂਦੇ ਆ ਜਿਹੜਾ ਏਕਾ ਜਿਹੜੀ ਇਹ ਜੰਗ ਅਸੀਂ ਜਿੱਤੀ ਆ ਸੱਚੀ ਪੱਗ ਦੀ ਅੱਜ ਵਾਲੀ ਸਲਾਮ ਹੋ ਰਹੀ ਹੈ ਸਾਰੀ ਦੁਨੀਆਂ ਦੇ ਵਿੱਚ ਆਉਂਦੇ ਯਾਰ ਕਿਹੜੇ ਲੋਕ ਆ ਜਿਹੜੇ ਝੁਕੇ ਜਿਹੜੇ ਸੱਚੀ ਸੜਕਾਂ ਤੇ ਰਾਤਾਂ ਰਹਿ ਕੇ ਆਪਣੀਆਂ ਮਾਤਾ ਨੂੰ ਤੇ ਤੁਸੀਂ ਵੀ ਬੀਬੀਆਂ ਵੀ ਉੱਥੇ ਰਹੀਆਂ ਹੋ ਸਾਡੇ ਬੱਚੇ ਛੋਟੇ ਬੱਚੇ ਸਾਡੇ ਉਹ ਸੜਕਾਂ ਤੇ ਰਹੇ ਆ ਕੀ ਇਹਨਾਂ ਦੇ ਜਜ਼ਬੇ ਆ ਬਾਕੀ ਸਾਰੇ ਟੁੱਟ ਕੇ ਜਦੋਂ ਸਾਰਾ ਹਿੰਦੁਸਤਾਨ ਨਿਕਲ ਗਿਆ ਸੀ ਬਈ ਥਾੜ 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 ਕੋਈ ਨਵਾਂ ਲੂਣ ਇਹ ਕਿਹੜੇ ਲੋਕ ਨੇ ਜਿਹੜੇ ਖਲੋਗੇ ਔਰ ਖਲੋਤੇ ਵੀ ਐਸੇ ਕਹਿੰਦੇ ਨਹੀਂ ਨਹੀਂ ਹਿੰਦੂ ਵੀ ਸਾਡੇ ਮੁਸਲਮਾਨ ਵੀ ਸਾਡੇ ਕਹਿੰਦੇ ਕੋਈ ਜਾਤਾਂ ਪਾਤਾਂ ਦੀ ਗੱਲ ਨਾ ਕਰੋ ਅਸੀਂ ਸਾਰੇ ਇੱਕੋ ਹੀ ਆ ਬਾਬੇ ਨਾਨਕ ਦਾ ਮੈਸੇਜ ਲੈ ਕੇ ਬੁਲਾਉਂਦੇ ਆ ਉਹ ਡਰ ਗਏ ਆ ਉਹ ਐਕਚੁਅਲ ਵਿੱਚ ਡਰ ਗਏ ਪਰ ਉਹ ਫਿਰ ਤੁਹਾਡੇ ਗੁਰਦੁਆਰੇ ਵਿੱਚ ਬਣਨਗੇ ਫਿਰ ਬੇਦਬੀ ਕਰਾਉਣਗੇ ਉਹ ਕਰਾਉਣਗੇ ਵੀ ਕਿਹਨੂੰ ਕਿਸੇ ਹਿੰਦੂ ਨੂੰ ਕਿਸੇ ਦਲਿਤ ਭਾਈਚਾਰੇ ਨੂੰ ਕਿਸੇ ਵਿਚਾਰੇ ਗਰੀਬ ਨੂੰ ਔਰ ਖਾਸ ਕਰਕੇ ਉਹਨਾਂ ਨੂੰ ਜਿਹੜੇ ਨਸ਼ੇ ਕਰਦੇ ਆ ਜਿਹਨਾਂ ਦੇ ਪੁੱਤ ਨਸ਼ੇ ਕਰਦੇ ਤੁਸੀਂ ਬਚਾ ਲਿਓ ਕਿਉਂਕਿ ਸਭ ਤੋਂ ਪਹਿਲੇ ਤੁਹਾਡੇ ਬੱਚੇ ਫੜਦੇ ਆ ਕਿਉਂਕਿ ਨਸ਼ੇ ਵਿੱਚ ਚੂਰ ਬੰਦਾ ਕੁਛ ਵੀ ਕਰ ਸਕਦਾ ਸੋ ਇਹ ਗੱਲਾਂ ਦਾ ਧਿਆਨ ਰੱਖਿਓ ਮੈਂ ਬਾਰ ਬਾਰ SGPC ਨੂੰ ਵੀ ਬੇਨਤੀ ਕਰ ਰਿਹਾ ਭਾਈ ਸਾਹਿਬ ਤੁਹਾਡੇ ਵੀ ਕੰਟੈਕਟ ਹੋ ਗਏ SGPC 'ਚ ਉਹਨਾਂ ਨੂੰ ਜ਼ਰੂਰ ਹੱਥ ਰੁੱਕ ਕੇ ਮੈਂ ਤੁਹਾਨੂੰ ਤੁਹਾਡੇ ਥਰੂ ਬੇਨਤੀ ਕਰਾ ਰਿਹਾ ਕੋਈ ਪ੍ਰੋਟੋਕਾਲ ਸੈਟਅਪ ਕਰੋ ਜੇ ਕਿਸੇ ਗੁਰਦੁਆਰਾ ਸਾਹਿਬ 'ਚ ਬੇਦਬੀ ਹੋਣ ਲੱਗਦੀ ਆ ਉਹਦੇ ਵਿੱਚ ਕੀ ਕਰਨਾ ਚਾਹੀਦਾ ਜਿਹੜੇ ਉੱਥੇ ਲੋਕ ਮੌਜੂਦ ਨੇ ਉਹਨਾਂ ਨੂੰ ਕਿੱਦਾਂ ਉਹ ਕੀ ਐਕਸ਼ਨ ਕਰਨਾ ਚਾਹੀਦਾ ਉਹ ਬੰਦੇ ਨੂੰ ਕਿੱਥੇ ਫੜ ਕੇ ਕਿੱਥੇ ਲੈ ਕੇ ਜਾਣਾ ਚਾਹੀਦਾ ਕਿਹੜੇ ਬੰਦੇ ਨੂੰ ਉਹਨੂੰ ਸੌਂਪਣਾ ਚਾਹੀਦਾ ਅੱਗੇ ਜਾ ਕੇ ਉਹਦੀ ਹੋਰ ਪੁੱਛਗਿੱਛ ਕਰ ਜਾ ਕੇ ਜਿਹੜੀ ਕਾਰਵਾਈ ਕਰਨੀ ਆ ਉਹ ਪਰ ਪ੍ਰੋਟੋਕਾਲ ਹੋਣੀ ਚਾਹੀਦੀ ਆ ਉਹ ਪ੍ਰੋਟੋਕਾਲ SGPC ਤੋਂ ਅਕਾਲ ਤਖਤ ਸਾਹਿਬ ਤੋਂ ਕੌਣ ਦੇ ਸਕਦਾ ਅਸੀਂ ਆਪ ਥੋੜ੍ਹੀ ਡਿਸਾਈਡ ਕਰਨਾ ਜਿਹਨਾਂ ਨੇ ਸਾਨੂੰ ਸੇਧ ਦੇਣੀ ਉਹਨਾਂ ਨੇ ਡਿਸਾਈਡ ਕਰਨਾ ਔਰ ਇਹ ਮੈਨੂੰ ਲੱਗਦਾ ਕੰਮ ਬਹੁਤ ਦੇਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਅਸੀਂ ਅੱਜ ਵੀ ਕਹਿੰਦੇ ਅੱਜ ਹੀ ਹੋ ਜਾਏ ਚਲੋ ਫਿਰ ਵੀ ਠੀਕ ਹੈ ਆਪਣਾ ਅਰੀਕਾ ਜਿਹੜਾ ਤੁਹਾਡਾ ਅਰੀਕਾ ਵਾ ਇਹਨੂੰ ਕਾਇਮ ਰੱਖਿਓ ਇਲੈਕਸ਼ਨਾਂ ਦਾ ਟਾਈਮ ਆ ਔਰ ਬਹੁਤ ਵਾਰੀ ਗੱਲਾਂ ਲੋਕੀ ਕਰਦੇ ਪ੍ਰੈਸ਼ਰ ਗਰੁੱਪ ਦੀ ਗੱਲ ਕਰਦੇ ਆ ਲੋਕੀ ਗੱਲ ਕਰਦੇ ਆ ਪੋਲੀਟਿਕਸ ਕਰਾਉਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਔਰ ਜਿਹੜੇ ਲੋਕ ਡਰਦੇ ਆ ਉਹ ਤੁਹਾਨੂੰ ਸਦਾ ਇਹ ਕਹਿਣਗੇ ਨਹੀਂ ਨਹੀਂ ਪੋਲੀਟਿਕਸ ਨਾ ਆਇਆ ਪੋਲੀਟਿਕਸ 'ਚ ਕਿਉਂ ਨਾ ਆਇਆ ਉਹਨੇ ਪੋਲੀਟਿਕਸ ਆਉਂਦੇ ਪਹਿਲੀ ਗੱਲ ਤੇ ਗੰਦੀ ਗੇਮ ਗੰਦੀ ਕਿਹਨੇ ਬਣਾਈ ਇਹਨਾਂ ਨੇ ਫਿਰ ਉਹਨੇ ਪੈਸਾ ਬਣਾਇਆ ਤਾਂ ਕਿੰਨੇ ਪੈਸਾ ਲਵਾਇਆ ਇਹਨਾਂ ਨੇ ਕਿਉਂ ਕਿਉਂਕਿ ਇਹ ਨਸ਼ਾ ਵੇਚਦੇ ਹੋ ਨਸ਼ਾ ਤੁਹਾਡੇ ਘਰਾਂ ਤੱਕ ਪਹੁੰਚਾਉਂਦੇ ਆਉਂਦੇ ਪੋਲੀਟਿਕਸ ਨਹੀਂ ਆ ਇਹ ਗੰਦੀ ਗੇਮ ਹੈ ਕਿਉਂਕਿ ਇਹ ਕਰਦੇ ਆ ਮਹਿੰਗੀ ਕਿਉਂ ਕਿਉਂਕਿ ਇਹਨਾਂ ਨੇ ਨਸ਼ਾ ਆਖਰੀ ਦਿਨਾਂ 'ਚ ਨਸ਼ਾ ਤੁਹਾਡੇ ਘਰਦਿਆਂ ਨੂੰ ਇੰਨਾ ਤੁਹਾਡੇ ਬੱਚਿਆਂ ਨੂੰ ਇੰਨਾ ਜ਼ਿਆਦਾ ਨਸ਼ੇ ਵਿੱਚ ਚੂਰ ਚੂਰ ਉਹਨਾਂ ਵਿੱਚ ਨਸ਼ਾ ਭਰ ਦੇਣਾ ਕਿ ਜਦੋਂ ਇਲੈਕਸ਼ਨ ਪਾਉਣ ਜਾਣ ਆਪਣਾ ਵੋਟ ਪਾਉਣ ਜਾਣ ਉਹਨਾਂ ਨੂੰ ਪਤਾ ਹੀ ਨਹੀਂ ਲੱਗੇ ਕਿ ਉਹ ਕਿਹੜਾ ਸਵਿੱਚ ਨੰਬਰ ਤੇ ਹੈ ਉਹ ਸਿੱਧਾ ਜਾ ਕੇ ਉੱਥੇ ਟੱਲੀ ਮਾਰਦੇ ਗੱਲ ਤੁਸੀਂ ਇਹ ਸੋਚਿਓ ਜਿਹੜੀ ਗੱਲ ਪ੍ਰੈਸ਼ਰ ਗਰੁੱਪ ਦੀ ਗੱਲ ਕਰਦੇ ਕਿਉਂਕਿ ਰਾਜੇਵਾਲ ਜਥੇ ਬੰਦੀ ਇੱਥੇ ਪ੍ਰੈਜੈਂਟ ਆ ਬਹੁਤ ਬਹੁਤ ਮੈਂ ਉਹਨਾਂ ਨੂੰ ਧੰਨਵਾਦ ਕਰਦਾ ਬਹੁਤ ਜ਼ਿਆਦਾ ਯੋਗਦਾਨ ਹੈ ਰਾਜੇਵਾਲ ਸਾਹਿਬ ਦਾ ਇਸ ਅੰਦੋਲਨ ਦੇ ਵਿੱਚ ਜੇ ਕਿਸੇ ਨੇ ਇੱਕ ਸਮੈਂਟ ਦੀ ਤਰ੍ਹਾਂ ਕੰਮ ਕੀਤਾ ਰਾਜੇਵਾਲ ਸਾਹਿਬ ਨੇ ਕੀਤਾ ਬਹੁਤ ਵਧੀਆ ਉਹਨਾਂ ਦਾ ਕਰਨਾ ਉਹਨਾਂ ਦੀ ਜਿਹੜੀ ਜਥੇਬੰਦੀ ਨੂੰ ਸਲਾਮ ਕਰਦਾ ਸਾਰੀਆਂ ਜਥੇਬੰਦੀਆਂ ਨੂੰ ਸਲਾਮ ਕਰਦਾ ਉਹਨੇ ਪ੍ਰੈਸ਼ਰ ਗਰੁੱਪ ਕਿਉਂ ਨਹੀਂ ਬਣਾਉਂਦੇ 70 ਸਾਲ 75 ਸਾਲ ਜਿਹੜੇ 75 ਈਅਰਸ ਹੋ ਗਏ ਆ ਸਾਨੂੰ ਆਜ਼ਾਦੀ ਦੇ ਆਪ ਨੂੰ ਫਲੈਂਕਿੰਗ 74 75 75 ਸਾਲਾਂ 'ਚ 75 ਸਾਲਾਂ 'ਚ ਅਸੀਂ ਕੀ ਪ੍ਰਾਪਤ ਕੀਤਾ ਪ੍ਰੈਸ਼ਰ ਗਰੁੱਪ ਨਾਲ ਨਸ਼ੇ ਨਸ਼ੇ 'ਚ ਪੰਜਾਬ ਸਕੂਲਾਂ ਦਾ ਹਾਲ ਦੇਖ ਲਓ ਚੰਗੇ ਭਲੇ ਸਕੂਲ ਹੁੰਦੇ ਸੀ 40 ਸਾਲ ਪਹਿਲਾਂ ਉਹ ਸਾਰਾ ਕੁਝ ਤਬਾਹ ਹੋ ਗਿਆ ਪ੍ਰੈਸ਼ਰ ਗਰੁੱਪ ਪਾਉਣਾ ਤੁਸੀਂ ਘਰਾਂ 'ਚ ਆਪਣੇ ਬੱਚੇ ਹੁੰਦੇ ਆ ਪ੍ਰੈਸ਼ਰ ਪਾਉਣਾ ਕਿਤੇ ਸੌਖਾ ਹੁੰਦਾ ਗੁਆਂਢੀ ਦੇ ਬੱਚੇ ਦੇ ਕਿ ਆਪਣੇ ਬੱਚੇ ਦੇ ਜੇ ਸਾਡੇ ਲੋਕ ਚੰਗੇ ਲੋਕ ਸਿਆਸਤ ਚਾਹੁਣਗੇ ਉਹਨਾਂ ਦੇ ਪ੍ਰੈਸ਼ਰ ਪਾਉਣਾ ਸੌਖਾ ਕਿ ਇਹਨਾਂ ਚੋਰਾਂ ਦੇ ਪ੍ਰੈਸ਼ਰ ਪਾਉਣਾ ਸੌਖਾ ਤੁਸੀਂ ਆਪੇ ਸੋਚੋ ਪ੍ਰੈਸ਼ਰ ਗਰੁੱਪ ਠੀਕ ਆ ਪ੍ਰੈਸ਼ਰ ਉਹਨਾਂ ਦੇ ਪੈਂਦਾ ਜਿਹੜੇ ਆਪਣੇ ਹੁੰਦੇ ਆ ਜਿਹੜੇ ਚੰਗੇ ਹੁੰਦੇ ਆ ਚੰਗੇ ਲੋਕਾਂ ਨੂੰ ਕਹੋ ਤੁਸੀਂ ਸਿਆਸਤ ਜਾਓ ਫਿਰ ਅਸੀਂ ਪ੍ਰੈਸ਼ਰ ਪਾਵਾਂਗੇ ਉਹਨਾਂ ਤੇ ਕਿ ਤੁਸੀਂ ਚੰਗੇ ਕੰਮ ਕਰੋ ਜਿਹੜੇ ਲੋਕਾਂ ਦਾ ਕੰਮ ਹੀ ਆ ਕਿ ਤੁਹਾਡੇ ਬੱਚਿਆਂ ਨੂੰ ਨਸ਼ੇ ਦੇ ਲਾਉਣਾ ਨਸ਼ਾ ਵੇਚਣਾ ਨਸ਼ੇ ਦਾ ਪਾਰ ਕਰਨਾ ਬੇਦਬੀ ਕਰਾਉਣੀ
ਉਹ ਲੋਕ ਤੁਹਾਡਾ ਕਿੰਨਾ ਚੰਗਾ ਕਰ ਸਕਦੇ ਜਿੰਨਾ ਮਰਜ਼ੀ ਉਹਨਾਂ ਦੇ ਪ੍ਰੈਸ਼ਰ ਪਾਓ। ਉਹਨਾਂ ਨੂੰ ਆਪਣੇ ਘਰਾਂ ਦੇ ਨਾਲ ਮਤਲਬ ਹੈ, ਉਹ ਤੁਹਾਡੇ ਪ੍ਰੈਸ਼ਰ ਥੱਲੇ ਨਹੀਂ ਆਉਣਗੇ। ਇਹ ਤੁਹਾਨੂੰ ਸੋਚਣਾ ਪੈਂਦਾ। ਕਿਸੇ ਨੇ ਵੀਡੀਓ ਪਾਈ ਸੀ ਉਹਦੇ, ਡਾਕਟਰ ਸਾਹਿਬ ਤੁਸੀਂ ਕਿੰਨਾ ਲੋਕਾਂ ਨਾਲ ਮਿਲਣ ਦੀ ਕੋਸ਼ਿਸ਼ ਕਰਦੇ ਹੋ, ਇਹ ਯੂਨੀਅਨਾਂ ਤੇ ਉਹੀ ਯੂਨੀਅਨਾਂ ਵਾ ਜਿਹੜੀਆਂ ਜਿਹੜੀਆਂ ਫੈਕਟਰੀਆਂ ਜਿਹੜੀਆਂ ਬੰਦ ਕਰਾਉਂਦੀਆਂ ਵਾ। ਠੀਕ ਆ, ਠੀਕ ਕਰਦੀਆਂ ਵਾ। ਸਾਨੂੰ ਵੀ ਪੰਜਾਬ ਦੇ ਵਿੱਚੋਂ ਗੰਦੀਆਂ ਫੈਕਟਰੀਆਂ ਨਹੀਂ ਚਾਹੀਦੀਆਂ ਜਿਹੜੇ ਸਾਡੇ ਵਾਤਾਵਰਨ ਨੂੰ ਪੋਲੂਟ ਕਰ ਰਹੀਆਂ ਹੋ, ਪਾਣੀ ਨੂੰ ਲਿਟਰਲੀ ਕੈਂਸਰ ਪੀ ਰਹੇ ਹੋ। ਤੁਹਾਨੂੰ ਪਤਾ ਜਿਹੜਾ ਆਪਣਾ ਪਿੰਡਾਂ ਦਾ ਪਾਣੀ ਆ, ਜੇ ਤੁਹਾਡੇ ਘਰ ਫਿਲਟਰ ਲੱਗਾ ਉਹ ਵੀ ਫਿਲਟਰ ਦਾ ਵੀ ਪਾਣੀ ਮਾੜਾ ਵਾ, ਕਿਉਂਕਿ ਉਹ ਤੱਤ ਨਿਕਲ ਜਾਂਦੇ ਆ। ਤੇ ਜੇ ਤੁਸੀਂ ਫਿਲਟਰ ਨਹੀਂ ਲਾਉਂਦੇ ਤੇ ਲਿਟਰਲੀ ਤੁਸੀਂ ਕੈਂਸਰ ਪਿਆ ਰਹੇ ਹੋ ਆਪਣੇ ਬੱਚਿਆਂ ਨੂੰ। ਕਦੀ ਸੋਚ ਕੇ ਵੇਖਿਓ, ਪਾਣੀ ਦਾ ਗਲਾਸ ਜਦੋਂ ਤੁਸੀਂ ਜਾ ਕੇ ਫੜੋਗੇ ਨਾ, ਤੇ ਤੁਸੀਂ ਜਦੋਂ ਆਪਣੇ ਬੱਚੇ ਨੂੰ ਦੇਣਾ, ਬੱਚੇ ਦਾ ਮੂੰਹ ਵੇਖ ਲਓਗੇ, ਤੇ ਤੁਸੀਂ ਸੋਚ ਰਹੇ ਹੋ ਆਪਣੇ ਬੱਚੇ ਨੂੰ ਤੁਸੀਂ ਕੈਂਸਰ ਦੇ ਰਹੇ ਹੋ, ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ? ਤੁਸੀਂ ਉਸ ਚੀਜ਼ ਦੇ ਹੱਕਦਾਰ ਹੋ ਕਿ ਉਹ ਕੈਂਸਰ ਤੁਸੀਂ ਦੇ ਰਹੇ ਹੋ, ਕਿਉਂਕਿ ਉਹ ਲੋਕਾਂ ਨੂੰ ਤੁਸੀਂ ਵੋਟਾਂ ਪਾਈਆਂ। ਹੁਣ ਬੜੇ ਲੋਕ ਕਹਿ ਦਿੰਦੇ ਆ ਕਿ ਆਹ 70 ਸਾਲ ਨਹੀਂ, ਕੀ ਕਰੀਏ, ਉਹੀ 2-3 ਪਾਰਟੀਆਂ ਹੁੰਦੀਆਂ, ਫਿਰ ਆਹ ਮੌਕਾ ਨਹੀਂ। ਔਰ ਸੱਚੀ ਗੱਲ ਤੁਹਾਡੇ ਕੋਲ ਕਦੀ ਕਦੀ ਵੀ ਪੰਜਾਬ ਦੇ ਵਿੱਚ ਇਹ ਮੌਕਾ ਨਹੀਂ ਆਇਆ। ਬਾਬਾ ਸੋਹਣ ਸਿੰਘ ਭਗੜੇ ਨੂੰ ਅਸੀਂ ਹਰਾਇਆ ਸੀ ਇਲੈਕਸ਼ਨਾਂ 'ਚ, ਸ਼ਾਇਦ ਉਹ ਇਲੈਕਸ਼ਨਾਂ 'ਚ ਜੇ ਉਹ ਜਿੱਤ ਜਾਂਦੇ ਹੋ ਸਕਦਾ ਪੰਜਾਬ ਅੱਜ ਹੋਰ ਹੁੰਦਾ। ਪਰ ਚਲੋ, ਤੁਸੀਂ ਇੱਕ ਤਾਂ ਇੱਕ ਹਰਾ ਦਿੱਤਾ, ਸਾਡੇ ਵੀ ਵੱਡੇ ਵੱਡੇ ਰੋਲ ਪਲੇ ਕਰਨਾ ਤੁਹਾਡੇ ਲਈ, ਆਪਣੇ ਆਪ ਨੂੰ ਉਹਦੇ ਵਿੱਚ ਰੱਖ। ਬਾਬਾ ਸੋਹਣ ਸਿੰਘ ਭਗੜੇ ਵਰਗੇ ਲੋਕਾਂ ਨੂੰ ਅਸੀਂ ਹਰਾਇਆ, ਹੋ ਸਕਦਾ ਪੰਜਾਬ ਦਾ ਕੋਈ ਭਲਾ ਹੋ ਜਾਵੇ। ਪਰ ਅੱਜ ਵੀ ਮੌਕਾ ਵਾ, ਅੱਜ ਵੀ ਮੌਕਾ ਵਾ, ਫਿਰ ਉਹ ਮੌਕਾ ਤੁਹਾਡੇ ਕੋਲ ਆਇਆ। ਸ਼ਾਇਦ ਪਹਿਲੀ ਵਾਰੀ ਸਾਰੇ ਪੰਜਾਬ ਕੋਲ ਇੱਕ ਮੌਕਾ ਕਿ ਪੰਜਾਬ ਦੇ ਵਿੱਚ ਐਸੇ ਲੋਕ ਲੈ ਆਈਏ ਜਿਹੜੇ ਬਾਕੀ ਸਾਡੇ ਨਾਲ ਪਿਆਰ ਕਰਦੇ ਆ, ਜਿਹੜੇ ਸਾਡੇ ਲੋਕਾਂ ਨਾਲ ਪਿਆਰ ਕਰਦੇ ਆ। ਹੋ ਸਕਦਾ ਜਿਹੜਾ ਕੈਂਸਰ ਦਾ ਗਲਾਸ ਤੁਸੀਂ ਬੱਚੇ ਨੂੰ ਪਿਆਉਂਦੇ ਹੋ, ਹੋ ਸਕਦਾ ਸਾਨੂੰ ਨਾ ਪਿਆਉਣਾ ਪਵੇ। ਇੱਕ ਵਾਰੀ ਸੋਚ ਕੇ ਵੇਖਿਓ, ਆ ਜਿਹੜੀ ਹਵਾ ਤੁਸੀਂ ਅੱਜ ਲੈ ਰਹੇ ਹੋ ਉਹ ਫੈਕਟਰੀਆਂ ਤੋਂ ਆ ਰਹੀ ਆ। ਅਸੀਂ ਉਹ ਫੈਕਟਰੀਆਂ ਦੇ ਖਿਲਾਫ ਹਾਂ ਤੇ ਰਵਾਂਗੇ, ਪਰ ਅਸੀਂ ਕੀ ਕਿਹੜੀਆਂ ਫੈਕਟਰੀਆਂ ਚਾਹੁੰਦੇ ਹਾਂ? ਸ਼ਾਇਦ ਉਹ ਬੰਦੇ ਨੂੰ ਪਤਾ ਨਹੀਂ ਕਿਤੇ ਉਹ ਵੀਡੀਓ ਪਾਈ ਆ। ਇੱਕ ਫੈਕਟਰੀਆਂ ਜਿਹੜੀਆਂ ਅਮਰੀਕਾ 'ਚ ਚੱਲਦੀਆਂ, ਜਿੱਥੇ ਬੱਚੇ ਬਸ ਕੰਪਿਊਟਰ ਤੇ ਕੰਮ ਕਰਦੇ ਆ, ਮੇਰੇ ਭਰਾ ਵੀ ਉੱਥੇ ਕੰਮ ਕਰਦੇ, ਮੇਰੀ ਵਾਈਫ ਵੀ ਉੱਥੇ ਕੰਮ ਕਰਦੀ ਆ, ਕਰੋੜਾਂ ਰੁਪਏ ਕਮਾਉਂਦੇ ਆ ਬਸ ਕੰਪਿਊਟਰ ਤੇ। ਉਹ 'ਚ ਕੋਈ ਪੋਲਿਊਸ਼ਨ ਨਹੀਂ ਹੁੰਦਾ, ਕੰਪਿਊਟਰ ਦੇ ਬਿਜ਼ਨਸ ਹੁੰਦਾ ਵਾ, ਕੰਪਿਊਟਰ ਦੇ ਕੰਮ ਹੁੰਦਾ ਵਾ। ਉਹ ਕਦੋਂ ਤੁਹਾਡੇ ਉੱਥੇ ਫੈਕਟਰੀਆਂ ਲੱਗਣਗੀਆਂ? ਜਦੋਂ ਤੁਹਾਡੇ ਬੱਚੇ ਐਜੂਕੇਟਿਡ ਹੋਣਗੇ, ਜਦੋਂ ਤੁਹਾਡੇ ਬੱਚੇ ਸਕੂਲ ਜਾਣ ਲੱਗ ਪਏ, ਚੰਗੀ ਪੜ੍ਹਾਈ ਪੜ੍ਹਨ ਲੱਗ ਪਏ। ਸੋ ਇਸੇ ਲਈ ਮੈਂ ਵਾਰ ਵਾਰ ਕਹਿੰਦਾ, ਪੜ੍ਹਾਈ ਪੜ੍ਹਾਈ, ਸਕੂਲ ਸਕੂਲ ਸਕੂਲ, ਕਿਉਂਕਿ ਜਦੋਂ ਤੁਹਾਡੇ ਬੱਚੇ ਪੜ੍ਹ ਲੈਂਦੇ ਆ, ਇਜ਼ਰਾਇਲ ਇੱਕ ਬਹੁਤ ਵੱਡੀ ਮਿਸਾਲ ਹੈ ਤੁਹਾਡੇ ਲਈ। ਜਦੋਂ ਤੁਹਾਡੇ ਬੱਚੇ ਪੜ੍ਹ ਲੈਂਦੇ ਆ, ਤੁਹਾਨੂੰ ਇਹਨਾਂ ਦੇ ਗੰਦੇ ਕਾਰਖਾਨਿਆਂ ਦੀ ਲੋੜ ਨਹੀਂ ਪੈਣੀ। IBM ਵਰਗੀਆਂ, ਗੂਗਲ ਵਰਗੀਆਂ, ਮਾਈਕਰੋਸਾਫਟ ਵਰਗੀਆਂ ਚੰਗੀਆਂ ਕੰਪਨੀਆਂ, KPMG, ਹੋਰ ਕੰਪਨੀਆਂ ਤੁਹਾਡੇ ਇੱਥੇ ਆਉਣਗੀਆਂ, ਉਹ ਚਾਹੁਣਗੇ ਕਿ ਤੁਹਾਡੇ ਬੱਚੇ ਉਹਨਾਂ ਲਈ ਕੰਮ ਕਰਨ। ਫਿਰ ਅਸੀਂ ਦੇਖਾਂਗੇ ਅਸੀਂ ਕਿੱਦਾਂ ਉਹਨਾਂ ਲਈ ਕੰਮ ਕਰਨਾ, ਕਿਹੜੇ ਮਾਡਲ ਅਸੀਂ ਪ੍ਰੈਜੈਂਟ ਕਰਦੇ ਹਾਂ, ਕੋਆਪਰੇਟਿਵ ਮਾਡਲ, ਬੜੇ ਮਾਡਲ ਆਪਾਂ ਕੱਢ ਲਵਾਂਗੇ। ਉਹਨਾਂ ਨੂੰ ਇੱਥੇ ਆਉਣਾ ਪੈਣਾ ਕਿ ਸਾਡੇ ਬੱਚੇ ਉਦੋਂ ਪੜ੍ਹੇ ਲਿਖੇ ਹੋਏ। ਪਰ ਜੇ ਤੁਸੀਂ ਟਰਾਈ ਨਹੀਂ ਕਰੋਗੇ, ਡਰਦੇ ਤੁਸੀਂ ਕਹੋਗੇ ਮੈਂ ਨਹੀਂ ਜੰਗ ਦੇ ਮੈਦਾਨ 'ਚ ਆਉਣਾ, ਕਿਤੇ ਮੈਂ ਹਾਰ ਨਾ ਜਾਵਾਂ ਜਾਂ ਲੋਕ ਇੱਦਾਂ ਹੀ ਵੋਟ ਨਹੀਂ ਪਾਉਂਦੇ, ਤੇ ਫਿਰ ਤੁਸੀਂ ਹਾਰੇ ਹੀ ਹੋ। ਮੈਂ ਪਹਿਲਾਂ ਜਦੋਂ ਮੈਂ ਸ਼ੁਰੂਆਤ ਕੀਤੀ ਆ ਆਪਣੀ ਸਪੀਚ ਦੀ, ਮੈਂ ਤੁਹਾਨੂੰ ਇੱਕ ਗੱਲ ਕੀਤੀ ਆ, ਜੇ ਇਨਕਲਾਬ ਲਿਆਉਣਾ ਤੇ ਤੁਹਾਡੇ ਮਨਾਂ ਵਿੱਚ ਤੁਹਾਡੇ ਲੋਕਾਂ ਲਈ ਇੰਨਾ ਪਿਆਰ ਹੋਣਾ ਚਾਹੀਦਾ ਕਿ ਤੁਸੀਂ ਆਪਣੇ ਆਪ ਨੂੰ ਭੁੱਲ ਜਾਓ, ਆਪਣੀ ਹਾਰ ਜਿੱਤ ਨੂੰ ਭੁੱਲ ਜਾਓ। ਜੇ ਤੁਹਾਡੇ ਤੁਹਾਡੇ ਵਿੱਚ ਇੰਨਾ ਪਿਆਰ ਨਹੀਂ ਹੈਗਾ ਆਪਣੇ ਲੋਕਾਂ ਲਈ, ਤੁਸੀਂ ਨਹੀਂ ਇਨਕਲਾਬ ਕਰ ਸਕਦੇ। ਇਨਕਲਾਬ ਲਿਆਉਣਾ ਤੇ ਆਪਣੇ ਆਪ ਨੂੰ ਭੁਲਾਉਣਾ ਪਊਗਾ, ਆਪਣੇ ਲੋਕਾਂ ਨੂੰ ਪਿਆਰ ਕਰਨਾ ਪਊਗਾ। ਜੇ ਲੋਕਾਂ ਨੂੰ ਪਿਆਰ ਕਰਦੇ ਹੋ ਤੇ ਪੰਜਾਬ ਇਸ ਵੇਲੇ ਮਰ ਰਿਹਾ, ਤੇ ਮੈਦਾਨ ਵਿੱਚ ਆਓ, ਮੈਦਾਨ 'ਚ ਆ ਕੇ ਆਪੇ ਲੋਕ ਫੈਸਲਾ ਕਰਨਗੇ ਕਿ ਕੌਣ ਜਿੱਤੂਗਾ ਕੌਣ ਮਰੂਗਾ। ਸਾਨੂੰ ਕਲਾਨੌਰ ਜਾਣਾ ਪੈਣਾ, ਉੱਥੇ ਇੱਕ ਰੈਲੀ ਆ, ਅਸੀਂ ਕਾਫੀ ਲੇਟ ਆ, ਜੇ ਇਜਾਜ਼ਤ ਹੋਵੇ ਤੇ ਅਸੀਂ ਉੱਥੋਂ ਇੱਥੋਂ ਨਿਕਲਣਾ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।